ਕੋਠਿਆਂ ਮਕਾਨਾਂ ਦੀ ਹਰ ਰੋਜ਼ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਵਾਲ ਤੇ ਸਟਾਰ ਕਰਕੇ ਜਰੂਰ ਕਲਿੱਕ ਕਰੋ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲੇ ਪਹੁੰਚ ਸਕੇ ਆਪਾਂ ਅੱਜ ਇੱਕ ਤੁਹਾਡੇ ਵਾਸਤੇ ਬਹੁਤ ਵੱਡੀ ਕੋਠੀ ਲੈ ਕੇ ਆਏ ਹਾਂ ਜੀ ਕੋਠੀ ਤਾਂ ਕਾਦੀ ਆ ਇੱਕ ਤਰ੍ਹਾਂ ਦੀ ਹਵੇਲੀ ਇਹਨਾਂ ਨੇ ਬਣਾਈ ਹੋਈ ਆ ਬਾਕੀ ਸਾਰਾ ਕੁਝ ਤੁਹਾਨੂੰ ਮੈਂ ਦੱਸ ਦਿੰਨੇ ਜਿਹੜੀ ਕੋਠੀ ਆ ਕੋਠੀ ਦਾ ਸਾਰਾ ਪਰਿਵਾਰ ਮਾਲਕ ਨੇ ਜਿਹੜੇ ਸਾਰਾ ਨੇ ਬਾਹਰ ਜਾਣਾ ਸੀ ਤਾਂ ਕਰਕੇ ਇਹਨਾਂ ਨੇ ਕੋਠੀ ਇਹ ਜਿਹੜੀ ਆ ਸੇਲ ਕਰਨੀ ਆ ਤੇ ਕੋਠੀਏ ਜਿਹੜੀ ਜਲਦੀ ਇਹਨਾਂ ਨੇ ਵੇਚਣੀ ਹੈ। ਬਾਕੀ ਕੋਠੀ ਨੂੰ ਸਾਹਮਣੇ ਬਿਲਕੁਲ ਗਲੀ ਲੱਗਦੀ ਹੈ। ਕਾਫੀ ਲੰਮੀ ਚੌੜੀ ਹੈ। ਵੀ ਇੱਦਾਂ ਨਹੀਂ ਭੀੜ ਪੜਾਕੇ ਵਾਲੀ ਗਲੀ ਹੈ। ਕੋਈ ਵੀ ਗੱਡੀ ਵੱਡੀ ਤੋਂ ਵੱਡੀ ਚਾਹੇ ਆਪਾਂ ਜਾ ਸਕਦੇ ਹਾਂ ਕੋਠੀ ਦੇ ਅੰਦਰ। ਸਾਹਮਣੇ ਬਿਲਕੁਲ ਕੋਠੀ ਦਾ ਮੇਨ ਗੇਟ ਆ ਗਿਆ ਜੀ। ਕਾਫੀ ਵਧੀਆ ਇਹਨਾਂ ਨੇ ਲਗਵਾਇਆ ਹੋਇਆ। ਤੇ ਵੇਖਦਾ ਤੁਸੀਂ ਦੇਖ ਲਓ ਕੋਠੀ ਦਾ। ਠੀਕ ਹੈ ਜੀ ਕਾਫੀ ਵੱਡਾ ਹੈਗਾ ਤੇ ਪੱਕਾ ਇਹਨਾਂ ਨੇ ਸਾਰੇ ਦਾ ਸਾਰਾ ਕਰਵਾਇਆ ਹੋਇਆ। ਬਾਕੀ ਆਸ-ਪਾਸੇ ਤੁਸੀਂ ਦੇਖ ਲਓ। ਵਧੀਆ ਮਾਹੌਲ ਆ ਪੂਰਾ ਸ਼ਾਂਤੀ ਦੇ ਵਿੱਚ ਕੋਠੀ ਆ ਤੇ ਇੱਕ ਪਾਸੇ ਮਤਲਬ ਪੂਰੀ ਹਰਿਆਲੀ ਆ ਪੂਰੀ ਜ਼ਮੀਨ ਵਗੈਰੇ ਠੀਕ ਹੈ ਜੀ ਤੇ ਜਿਹੜੀ ਕੋਠੀ ਹੈ ਜਿਹੜੇ ਕੋਠੀ ਦੇ ਮਾਲਕ ਨੇ ਪਰਿਵਾਰ ਨੇ ਤੇ ਇਹਨਾਂ ਕੋਲੇ ਪਸ਼ੂ ਵੀ ਆ ਪਸ਼ੂ ਵੀ ਰੱਖਦੇ ਤਾਂ ਕਰਕੇ ਇੱਕ ਪਾਸੇ ਪਸ਼ੂਆਂ ਵਾਸਤੇ ਬਣਿਆ ਹੋਇਆ ਤੂੜੀ ਵਾਸਤੇ ਬਣਿਆ ਹੋਇਆ ਤੇ ਬਾਹਰਲੀ ਸਾਈਡ ਖੁਰਨੀਆਂ ਵੀ ਤੁਸੀਂ ਦੇਖਿਆ ਹੋਣਗੀਆਂ ਬਿਲਕੁਲ ਸਾਹਮਣੇ ਆਪਣੇ ਕੋਠੀ ਆ ਗਈ ਕੋਠੀ ਦਾ ਹਰ ਇੱਕ ਕੋਨਾ ਹਰ ਕਮਰਾ ਤੁਹਾਨੂੰ ਮੈਂ ਦਿਖਾਉਣਾ ਜੀ ਤੁਸੀਂ ਬਸ ਬਣੇ ਰਹੋ ਆਪਣੀ ਵੀਡੀਓ ਦੇ ਨਾਲ ਲਾਸਟ ਤੱਕ ਇਧਰਲੇ ਪਾਸੇ ਪਾਣੀ ਵਾਲੀ ਮੋਟਰ ਲੱਗੀ ਹੋਈ ਆ ਤੇ ਆਪਣੀ ਜਿਹੜੀ ਪਿੰਡਾਂ ਦੇ ਵਿੱਚ ਜਿਵੇਂ ਕਿ ਘੜੋਈ ਕਹਿੰਦੇ ਨੇ ਉਹ ਵੀ ਬਣੀ ਹੋਈ ਆ ਪਾਣੀ ਵਾਲੀ ਟੈਂਕੀ ਚ ਠੀਕ ਆ ਜੀ ਇਧਰਲੇ ਪਾਸੇ ਬਾਥਰੂਮ ਵਗੈਰਾ ਆ ਕੇ ਬਾਥਰੂਮ ਟਾਇਲਟ ਜਿਹੜਾ ਬਾਹਰ ਆਪਣੇ ਹੁੰਦੇ ਆ ਜੀ ਬਾਕੀ ਪਿੰਡ ਦੇ ਵਿੱਚ ਆ ਕੋਠੀ ਐ ਤੇ ਬਹੁਤ ਹੀ ਜ਼ਿਆਦਾ ਸ਼ਾਨਦਾਰ ਇਹਨਾਂ ਨੇ ਬਣਾਈ ਹੋਈ ਆ ਤੇ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਮੈਂ ਅੰਦਰ लेके ਚੱਲਦੇ ਹਾਂ ਜਮਨ نیچے ਜੀ ਨੀਚੇ ਇਹਨਾਂ ਨੇ ਪੂਰਾ ਹਾਲ ਬਣਾਇਆ ਹੋਇਆ ਹੈ ਕਿਉਂਕਿ ਇਹਨਾਂ ਕੋਲੇ ਕਾਫੀ ਸੰਦ ਨੇ ਜੀ ਜਿਵੇਂ ਟਰੈਕਟਰ ਵਗੈਰਾ ਹੋ ਗਈ ਠੀਕ ਹੈ ਜੀ ਉਹ ਖੜਾਉਣ ਵਾਸਤੇ ਸਾਰੇ ਸੰਦ ਗੱਡੀਆਂ ਮੋਟਰਸਾਈਕਲ ਖੜਾਉਣ ਵਾਸਤੇ ਹੈ ਤੇ ਅੰਦਰੋਂ ਸਾਰਾ ਪੱਕਾ ਇਹਨਾਂ ਨੇ ਕਰਵਾਇਆ ਹੋਇਆ ਹੈ ਤੇ ਪੌੜੀਆਂ ਤੁਸੀਂ ਦੇਖ ਲਓ ਪੌੜੀਆਂ ਤੇ ਪੱਥਰ ਵਗੈਰਾ ਲੱਗਿਆ ਹੋਇਆ ਆ ਆ ਗਿਆ ਜੀ ਆਪਣਾ ਬਾਹਰਲਾ ਇੱਕ ਕਮਰਾ ਠੀਕ ਹੈ ਜੀ ਚਾਹੇ ਨੂੰ ਆਪਾਂ ਗੈਸਟ ਰੂਮ ਕਹਿ ਲਈਏ ਚਾਹੇ ਡਰਾਇੰਗ ਰੂਮ ਕਹਿ ਲਈਏ ਉਹ ਆਪਣੀ ਮਰਜ਼ੀ ਹੈ ਜੀ ਤੇ ਇਧਰਲੇ ਪਾਸੇ ਇੱਕ ਨਿੱਕਾ ਗੇਟ ਵੀ ਰੱਖਿਆ ਹੋਇਆ ਹੈ ਤੇ ਇਧਰਲੇ ਪਾਸੇ ਕੱਚੀ ਜਗਾ ਇਹਨਾਂ ਨੇ ਛੱਡੀ ਹੋਈ ਆ ਪੱਕਾ ਨਹੀਂ ਕਰਵਾਇਆ ਹੋਇਆ ਇਧਰਲੇ ਪਾਸੇ ਬੁੱਜੇ ਵਗੈਰਾ ਕਾਫੀ ਲੱਗੇ ਹੋਇਆ ਜੇ ਆਪਾਂ ਸਬਜੀ ਵਗੈਰਾ ਲਾਉਣੀ ਹੋਵੇ ਇਹਨਾਂ ਨੇ ਜਿਵੇਂ ਕੀ ਲਾ ਰੱਖੀ ਆ ਸਬਜੀ ਆਪਾਂ ਵੀ ਲਾ ਸਕਦੇ ਹਾਂ ਜੀ ਵਧੀਆ ਆਰਗੇਨਿਕ ਸਬਜੀ ਸਿਹਤ ਵਧੀਆ ਰਹਿੰਦੀ ਆ ਤੇ ਘਰ ਦੀ ਸਬਜੀ ਤਾਂ ਘਰ ਦੀ ਹੁੰਦੀ ਆ ਬਾਹਰ ਤੋਂ ਤੁਹਾਨੂੰ ਪਤਾ ਹੀ ਐ ਕਿਹੋ ਜੀ ਆਉਂਦੀ ਆ ਤੇ ਤੁਹਾਨੂੰ ਮੈਂ ਉੱਪਰ ਲੈ ਕੇ ਚੱਲਦਾ ਨੀਚੇ ਤਾਂ ਸਾਰਾ ਹਾਲ ਬਣਿਆ ਹੋਇਆ ਸੀਗਾ ਸੰਦ ਤੇ ਸਮਾਨ ਰੱਖਣ ਵਾਸਤੇ ਤੇ ਇਹਨਾਂ ਦੀ ਰਿਹਾਈਸ਼ ਉੱਪਰ ਹੈ ਜੀ ਫਸਟ ਫਲੋਰ ਤੇ ਤੇ ਤੁਸੀਂ ਦੇਖੋ ਬਹੁਤ ਸ਼ਾਨਦਾਰਾ ਉੱਪਰ ਇਹਨਾਂ ਨੇ ਸਾਰਾ ਕੁਝ ਤਿਆਰ ਕਰਵਾਇਆ ਹੋਇਆ ਆਹ ਵੇ ਜੀ ਆਪਣਾ ਡਰਾਇੰਗ ਰੂਮ ਤੇ ਸੋਫੇ ਰੱਖੇ ਹੋਏ ਤੇ ਤੁਸੀਂ ਆਪੇ ਦੇਖ ਲਓ ਪੂਰਾ ਵਧੀਆ ਤੇ ਪੂਰੀ ਵਧੀਆ ਗੱਲ ਇਹਨਾਂ ਨੇ ਬਣਾਈ ਹੋਈ ਹੈ ਸਾਰੇ ਕਿਸੇ ਚੀਜ਼ ਦੀ ਠੀਕ ਹੈ ਜੀ نیچے ਆਪਾਂ ਗੱਲ ਕਰੀਏ ਤਾਂ ਇਹਨਾਂ ਨੇ ਵਧੀਆ ਪੱਥਰ ਲਵਾਇਆ ਹੋਇਆ ਹਰ ਇੱਕ ਥਾਂ ਤੇ ਤੇ ਰਗੜਾਈ ਉ ਵਗੈਰਾ ਇਹਨਾਂ ਨੇ ਕਰਵਾਈ ਹੋਈ ਆ ਪੱਥਰ ਵੀ ਪੂਰਾ ਵਧੀਆ ਕੁਆਲਟੀ ਦਾ ਲਵਾਇਆ ਹੋਇਆ ਪਹਿਲਾ ਬੈਡਰੂਮ ਤੁਸੀਂ ਦੇਖ ਲਓ ਤੇ ਬਾਹਰਲੀ ਸਾਈਡ ਤੁਸੀਂ ਦੇਖ ਲਓ ਜੀ ਕਿਚਨ ਦੀ ਬਾਸਪੇਸ਼ਨ ਵਗੈਰਾ ਲਵਾਇਆ ਹੋਇਆ ਟਾਈਲਾਂ ਸਾਰੀਆਂ ਲਗਵਾਈਆਂ ਹੋਈਆਂ ਕਿਚਨ ਸਾਰਾ ਇਹਨਾਂ ਨੇ ਤਿਆਰ ਕਰਵਾਇਆ ਹੋਇਆ ਤੇ ਕੋਠੀ ਦੀ ਵੀਡੀਓ ਚੱਲ ਰਹੀ ਆ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਆ ਜਿੰਨੇ ਤੁਸੀਂ ਦੇਖ ਰਹੇ ਹੋ ਵੀਡੀਓ ਨੂੰ ਸਾਰੇ ਜਣੇ ਲਾਈਕ ਜ਼ਰੂਰ ਕਰ ਦਿਓ ਜੀ ਠੀਕ ਆ ਜੀ ਤੇ ਦੂਜਾ ਬੈਡਰੂਮ ਆ ਗਿਆ ਬੈਡਰੂਮ ਬੜੇ ਸ਼ਾਨਦਾਰ ਨੇ ਸੋਹਣੇ ਇਹਨਾਂ ਨੇ ਤਿਆਰ ਕਰਵਾਏ ਹੋਏ ਤੇ ਆ ਗਿਆ ਜੀ ਆਪਣਾ ਇੱਕ ਹੋਰ ਤੇ ਇਹਨੂੰ ਆਪਾਂ ਸਟੋਰ ਰੂਮ ਕਹਿ ਸਕਦੇ ਹਾਂ ਜੀ ਕਿਉਂਕਿ ਇਹਨਾਂ ਨੇ ਸਮਾਨਾ ਕਾਫੀ ਰੱਖਿਆ ਹੋਇਆ ਤੇ ਜਿਵੇਂ ਕਿ ਪੇਟੀਆਂ ਵਗੈਰਾ ਜੇ ਆਪਣੀ ਮਰਜ਼ੀ ਆ ਪੇਟੀਆਂ ਵਾਲਾ ਕਮਰਾ ਕਹਿ ਦਿੰਦੇ ਆ ਆਪਣੇ ਤਾਂ ਆਹ ਪਿੰਡਾਂ ਦੇ ਵਿੱਚ ਇੱਕ ਇਧਰਲੇ ਪਾਸੇ ਇਧਰ ਵੀ ਇਹਨਾਂ ਨੇ ਪੇਟੀਆਂ ਰੱਖੀਆਂ ਹੋਈਆਂ ਜੀ ਤੇ மஞ்சੇ ਵੀ ਪਏ ਆ ਤੇ ਇਹਨੂੰ ਆਪਾਂ ਬੈੱਡਰੂਮ ਬਣਾ ਸਕਦੇ ਹਾਂ ਜੀ ਵੈਸੇ ਬੈੱਡਰੂਮ ਹੀ ਆ ਜੇ ਆਪਾਂ ਮਤਲਬ ਕਿ ਆਪਣਾ ਸਮਾਨ ਰੱਖ ਸਕਦੇ ਹੋ ਜੀ ਇਹਨਾਂ ਤਾਂ ਪੇਟੀਆਂ ਲਾਈਆਂ ਹੋਈਆਂ ਉਹ ਆਪਣੀ ਮਰਜ਼ੀ ਹੈ ਜੀ ਬਾਅਦ ਦੀਆਂ ਗੱਲਾਂ ਨੇ ਉਹ ਤਾਂ ਖਰੀਦ ਕੇ ਠੀਕ ਹੈ ਜੀ ਤੇ ਮੈਂ ਵੀ ਥੋੜਾ ਜਿਆਦਾ ਹੀ ਲੰਮਾ ਲੈ ਜਾਂਣਾ ਗੱਲ ਇਹਨੂੰ ਤੇ ਹੁਣ ਕਰਦੇ ਆਪਾਂ ਬਾਹਰ ਦੀ ਗੱਲ ਹੈ ਜੀ ਬਾਹਰ ਤੁਹਾਨੂੰ ਮੈਂ ਦਿਖਾ ਦਿੰਨੇ ਬਾਹਰਲੀ ਸਾਈਡ ਤੁਸੀਂ ਦੇਖ ਲਓ ਸਾਰੀ ਕਿਤੇ ਪੱਥਰ ਲਵਾਇਆ ਹੋਇਆ ਤੇ ਜੋ ਵੀ ਪਿੱਲਰ ਵਗੈਰਾ ਨੇ ਪੂਰੇ ਵਧੀਆ ਨੇ ਤੇ ਜੋ ਵੀ ਇਹਨਾਂ ਇਹਨਾਂ ਨੇ ਮਟੀਰੀਅਲ ਲਵਾਇਆ ਕੋਠੀ ਦੇ ਵਿੱਚ ਪੂਰਾ ਹਾਈ ਕੁਆਲਟੀ ਦਾ ਲਵਾਇਆ ਜਿਵੇਂ ਕਿ ਸੀਮੈਂਟ ਲਾਲੂ ਜੋ ਵੀ ਸਰੀਆ ਵਗੈਰਾ ਤੇ ਇਹ ਕੋਠੀਆਂ ਜਿਹੜੀਆਂ ਇਹਨਾਂ ਨੇ ਆਪਦੇ ਵਾਸਤੇ ਬਣਾਈ ਸੀਗੀ ਕੋਈ ਇਹਨਾਂ ਨੇ ਸੇਲ ਨਹੀਂ ਕਰਨੀ ਸੀ ਤੇ ਕੁਝ ਨਹੀਂ ਸੀਗਾ ਪਹਿਲਾਂ ਇਰਾਦਾ ਕੋਈ ਬਾਹਰ ਜਾਣ ਦਾ ਨਹੀਂ ਸੀਗਾ ਤੇ ਬਾਹਰ ਜਾਣ ਦਾ ਹੁਣ ਇਹਨਾਂ ਦਾ ਪਲਾਨ ਬਣ ਗਿਆ ਸਾਰਿਆਂ ਦਾ ਕਹਿੰਦੇ ਆ ਜੀ ਬਾਹਰ ਜਾ ਕੇ ਰਹਿਣਾ ਤੇ ਤਾਂ ਕਰਕੇ ਇਹਨਾਂ ਨੇ ਜਿਹੜੀਆਂ ਕੋਠੀਆਂ ਸੇਲ ਕਰਨੀਆਂ ਬਾਕੀ ਕੋਠੀ ਬਹੁਤ ਸੋਹਣੀ ਐ ਠੀਕ ਆ ਜੀ ਬਾਕੀ ਤੁਸੀਂ ਦੇਖ ਹੀ ਰਹੇ ਹੋ ਮੈਨੂੰ ਜ਼ਿਆਦਾ ਦੱਸਣ ਦੀ ਲੋੜ ਨਹੀਂ ਤੇ ਉੱਪਰ ਆਪਾਂ ਤੁਹਾਨੂੰ ਲੈ ਕੇ ਪਹੁੰਚ ਗਏ ਆ ਤੁਸੀਂ ਮੌਂਟੀ ਦੇਖ ਰਹੇ ਹੋ ਜੀ ਮੌਂਟੀ ਤੇ ਆਪਾਂ ਪਹੁੰਚ ਗਏ ਤੇ ਇਹ ਬਾਹਰ ਦੀ ਲੋਕੇਸ਼ਨ ਤੁਸੀਂ ਦੇਖ ਲਓ ਠੀਕ ਹੈ ਜੀ ਪੂਰੀ ਸ਼ਾਂਤੀ ਪੂਰੀ ਵਧੀਆ ਥਾਂ ਤੇ ਲੋਕੇਸ਼ਨ ਬਹੁਤ ਸੋਹਣੀ ਹੈ ਇੱਕ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਵੀ ਕੋਠੀਆਂ ਜਿਹੜੀ ਆਹ ਬਾਰ-ਬਾਰ ਬਣੀ ਹੋਈ ਹੈ ਬਾਕੀ ਆਸੇ-ਪਾਸੇ ਇਹਦੇ ਮਕਾਨ ਤੇ ਕੋਠੀਆਂ ਵੀ ਪਈਆਂ ਹੋਈਆਂ ਠੀਕ ਹੈ ਜੀ ਪਰ ਆਪਾਂ ਕਹਿ ਸਕਦੇ ਹਾਂ ਵੀ ਬਾਰ-ਬਾਰ ਬਣੀ ਹੋਈ ਹੈ ਕਿਉਂਕਿ ਇਧਰਲੀ ਸਾਈਡ ਇਹ ਨਾਲੇ ਪਾਸੇ ਕੁਝ ਨਹੀਂ ਹੈਗਾ ਠੀਕ ਹੈ ਜੀ ਤੇ ਉਪਰੋਂ ਚਾਰਦਵਾਰੀ ਕੱਢੀ ਹੋਈ ਐ ਕੋਠੀਆਂ ਜਿਹੜੀ ਸਾਰੀ ਇਹਨਾਂ ਨੇ ਕਲਰ ਕਰਵਾਈ ਹੋਈ ਐ ਪੂਰੀ ਵਧੀਆ ਕਲਰ ਕੀਤੀ ਹੋਈ ਐ ਜੀ ਅ ਉਹ ਗੱਲ ਵੱਖਰੀ ਐ ਜੀ ਕਈ ਥਾਵਾਂ ਤੋਂ ਕਲਰ ਜਿਹੜਾ ਖਰਾਬ ਹੋਇਆ ਪਿਆ ਉਹ ਤੁਹਾਨੂੰ ਪਤਾ ਹੀ ਐ ਸੁਲਾਬ ਕਰਨ ਤੇ ਟਾਈਮ ਪਾ ਕੇ ਥੋੜਾ ਜਿਆ ਖਰਾਬ ਹੋਈ ਜਾਂਦਾ ਐ ਬਾਕੀ ਜਿਆਦਾ ਨਹੀਂ ਹੋਗਾ ਵੀ ਇਦਾਂ ਵੀ ਸਾਰੇ ਖਰਾਬ ਹੋਇਆ ਪਿਆ ਮਾੜਾ ਮੋਟਾ ਕਿਤੇ ਕਿਤੇ ਐ ਜੀ ਉਹ ਵੀ ਤੇ ਜੋ ਵੀ ਆਪਣੇ ਕੋਲੇ ਜਾਣਕਾਰੀ ਪਹੁੰਚੀ ਐ ਉਹ ਤੁਹਾਨੂੰ ਮੈਂ ਦੱਸ ਦਿੰਨੇ ਵੀ ਆਪਣੇ ਕੋਲੇ ਕੀ ਕੁਝ ਪਹੁੰਚਿਆ ਜੀ ਜਿਹੜੀ ਕੋਠੀ ਤੁਸੀਂ ਦੇਖ ਰਹੇ ਹੋ ਠੀਕ ਹੈ ਜੀ ਆਹ ਜਿਹੜੀ ਕੋਠੀ ਆ ਅਹ ਟੋਟਲ ਜਿਹੜੀ ਜਗ੍ਹਾ ਉਹ ਹੈ 38 ਮਰਲੇ 38 ਮਰਲੇ ਜਗ੍ਹਾ ਸਾਰੀ ਵਿੱਚ ਕੋਠੀ ਬਣੀ ਹੋਈ ਹੈ ਕੋਠੀ ਬਣੀ ਨੂੰ ਕੋਈ ਜ਼ਿਆਦਾ ਟਾਈਮ ਨਹੀਂ ਹੋਇਆ ਤੇ ਜਿਵੇਂ ਆਪਾਂ ਤੁਹਾਨੂੰ ਮੈਂ ਦੱਸਾਂ ਤਾਂ ਨੀਚੇ ਨੀਚੇ ਦਾ ਪੂਰਾ ਹਾਲ ਆ ਗਿਆ ਸੀਗਾ ਤੇ ਹਾਲ ਦੇ ਨਾਲ ਇੱਕ ਕਮਰਾ ਸੀਗਾ ਉੱਪਰ ਦੀ ਗੱਲ ਕਰੀਏ ਤਾਂ ਉੱਪਰ 4 ਬੈੱਡਰੂਮ ਇੱਕ ਗੈਸਟਰੂਮ ਕਿਚਨ ਦੋ ਬਾਥਰੂਮ ਤੇ ਇੱਕ ਸਟੋਰ ਜੀ ਤੇ ਲੋਪੀ ਤੇ ਬਲਕਨੀ ਠੀਕ ਹੈ ਜੀ ਤੇ ਜਿਹੜੀ ਆਪਣੇ ਕੋਲੇ ਕੋਠੀ ਪਹੁੰਚੀ ਆ ਆਹ ਅੰਮ੍ਰਿਤਸਰ ਡਿਸਟ੍ਰਿਕਟ ਚ ਪਹੁੰਚੀ ਆ ਬੀਪੀਓ ਚੋਗਬਾਨ ਠੀਕ ਹੈ ਜੀ ਤੇ ਤਹਿਸੀਲ ਵੀ ਇਹਨਾਂ ਨੂੰ ਚੋਗਬਾਨੀ ਪੈਂਦੀ ਆ ਤੇ ਬਾਕੀ ਤੁਸੀਂ ਇਹਨਾਂ ਨੂੰ ਫੋਨ ਕਰਕੇ ਪੁੱਛ ਲਿਓ ਬਾਕੀ ਦੀ ਜਾਣਕਾਰੀ ਤੁਹਾਨੂੰ ਮਾਲਕ ਦੇ ਦੇਣਗੇ ਤੇ ਇਹਨਾਂ ਨੇ ਡਿਮਾਂਡ ਆਪਣੇ ਕੋਲੇ 85 ਲੱਖ ਰੁਪਇਆ ਲਾ ਕੇ ਭੇਜੀ ਆ ਇੱਕ ਵਾਰੀ 85 ਲੱਖ ਰੁਪਇਆ ਰੇਟ ਹੈ ਬਾਕੀ ਮੌਕੇ ਤੇ ਹੋ ਜੂਗਾ ਲੈਸ ਬਿਸ ਤੇ ਮਾਲਕ ਕਹਿੰਦੇ ਆ ਵੀ ਬਹਿ ਕੇ ਕਰ ਲਾਂਗੇ ਕੋਈ ਗੱਲ ਨਹੀਂ ਤੇ ਜਿੰਨਾ ਹੋ ਸਕਦਾ ਉਹਨਾਂ ਘੱਟ ਵੱਧ ਕਰ ਲੰਗੇ ਬਾਕੀ ਨੰਬਰ ਕਰ ਲਓ ਤੁਸੀਂ ਨੋਟ 62808 66159 ਆ ਮਾਲਕ ਦਾ ਨੰਬਰ ਹੈ ਫੋਨ ਕਰਕੇ ਜਾ ਕੇ ਦੇਖ ਕੇ ਗੱਲਬਾਤ ਕਰਕੇ ਸਾਰੀ ਕੋਠੀ ਨੂੰ ਦੇਖ ਕੇ ਤੇ ਖਰੀਦ ਸਕਦੇ ਹੋ ਤੁਸੀਂ ਆ ਕੋਠੀ ਜੀ। ਬਾਕੀ ਕੋਠੀ ਮੈਨੂੰ ਤਾਂ ਬਹੁਤ ਵਧੀਆ ਲੱਗੀ। ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸਿਓ ਕਮੈਂਟ ਕਰਕੇ। ਆਪਦੀ ਜੋ ਵੀ رائے ਹੁੰਦੀ ਹੈ ਕਮੈਂਟ 'ਚ ਜਰੂਰ ਕਰਿਆ ਕਰੋ। ਬਾਕੀ ਤੁਸੀਂ ਦੱਸ ਦਿਆ ਕਰੋ ਤੁਹਾਨੂੰ ਕਿਹੜੇ ਏਰੀਆ 'ਚ ਕੋਠੀ ਚਾਹੀਦੀ ਹੈ। ਠੀਕ ਹੈ ਜੀ ਕਮੈਂਟ ਕਰਕੇ ਦੱਸ ਦਿਆ ਕਰੋ ਤੇ ਆਪਾਂ ਉਸ ਏਰੀਆ 'ਚੋਂ ਜਲਦੀ ਕੋਠੀ ਲੈ ਕੇ ਆ ਜਾਵਾਂਗੇ। ਤੇ ਜਿੰਨੇ ਤੁਸੀਂ ਦੇਖ ਰਹੇ ਹੋ ਮੇਰੇ ਭੈਣ ਭਰਾ ਮੈਥੋਂ ਵੱਡੇ ਬਜ਼ੁਰਗ ਤੁਹਾਡੇ ਕੋਲ ਵੀ ਕੋਠੀ ਹੈ ਜੀ ਕਿਸੇ ਵੀ ਏਰੀਆ 'ਚੋਂ ਤੁਸੀਂ ਦੇਖ ਰਹੇ ਹੋ ਚਾਹੀ ਹਰਿਆਣਾ 'ਚੋਂ ਦੇਖ ਰਹੇ ਹੋ ਚਾਹੀ ਪੰਜਾਬ 'ਚੋਂ ਕਿਆ ਰਾਜਸਥਾਨ ਚਾਹੀ ਹਿਮਾਚਲ ਕਿਤੋਂ ਵੀ ਦੇਖ ਰਿਹਾ ਹੂੰ ਤੁਹਾਡੇ ਕੋਲੇ ਕੋਠੀ ਆ ਪਿੰਡ ਚਾ ਸ਼ਹਿਰ ਚਾ ਕਿਹੋ ਜੀ ਵੀ ਆ ਵੱਡੀ ਤੋਂ ਵੱਡੀ ਆ ਛੋਟੀ ਤੋਂ ਛੋਟੀ ਆ ਠੀਕ ਆ ਜੀ ਆਪਣੇ ਕੋਲੇ ਬਸ ਵੀਡੀਓ ਜਾਣਕਾਰੀ ਫੋਟੋਆਂ ਭੇਜ ਦਿੱਆ ਕਰੂੰ ਜਲਦੀ ਹੀ ਤੁਹਾਡੀ ਲੱਗ ਜੂਗੀ ਬਿਲਕੁਲ ਫਰੀ ਦੇ ਵਿੱਚ